ਵੈਲਕਮ ਬੈਕ ਗਾਈਜ਼, ਮਾਸ਼ਾਅੱਲਾ। ਅਸਾਂ ਪਹੁੰਚੇ ਖਲੇ ਹਾਂ ਥਾਣੇ। ਇਹ ਰੋਲਾ ਵਿੰਦ ਤਾਂ ਪਹਿਣਾ ਵਿੰਦ ਪਹਿਣਾ ਥਾਣਾ ਕਿਹੜਾ ਸ਼ਹਿਰ ਫਰੀਦ ਵਾਲਾ ਥਾਣਾ। ਅਤੇ ਸਾਡਾ ਥੋੜ੍ਹਾ ਬਹੁਤ ਮਾਮਲਾ ਬਣਾ ਆਹ ਲੜਾਈ ਵਾਲਾ ਇਵੇਂ, ਕਿਉਂਕਿ ਮੈਂ ਆਇਆ ਫਿਰ ਸ਼ਹਿਰ ਫਰੀਦ ਪਾਣੀ ਪਾਵਾਂ, ਅਤੇ ਉੱਥੋਂ ਪਾਣੀ ਪਈਆ ਪਾ ਲਈਏ ਕਬਰਾਂ 'ਤੇ। ਉਸ ਤੋਂ ਬਾਅਦ ਯਾਨੀ ਕਿ ਨਾ ਸਾਡੇ ਲੱਛਾਂ 'ਚ ਲੜਾਈ ਪੈ ਗਈ, ਅਤੇ ਜਿਹੜਾ ਮੇਰੇ ਜਿਹੜਾ ਸ਼ੂਅਰ ਆ ਉਹਨਾਂ ਨੂੰ ਉਹ ਸ਼ੂਅਰ ਨੂੰ ਮੇਰੇ ਜਿਹੜੇ ਯਾਨੀ ਕਿ ਸ਼ੂਅਰ ਆ ਉਹਨੂੰ ਛੋਰਾਂ 'ਚ ਕੁੱਟਣਾ ਹੈ ਪਈਆ। ਕਿਉਂਕਿ ਮਾਮਲਾ ਇਵੇਂ ਹਾਂ, ਘਰੇਲੂ ਵਾਲਾ ਮਾਮਲਾ ਹਾ ਵੀ ਆ, ਮਾਮਲਾ ਇਵੇਂ ਲੜਾਈ ਬੁਲਾਰਾ ਯਾਨੀ ਕਿ ਛੋਰਾ ਬੱਕਰਾ ਨਾਲ ਲੜਾਈ ਪੈ ਗਈ ਹੈ। ਘਰੇਲੂ ਮਾਮਲਾ ਲੜਾਈ ਕਿਵੇਂ ਪਈ ਹੈ ਯਾਨੀ ਕਿ ਥਾਣੇ ਤਾਂ ਆਏ ਆਏ ਪਏ, ਯਾਨੀ ਕਿ ਇੱਦਾਂ ਵੀ ਮੁਹਰਮ ਦੀ ਹੈ ਨਾ। ਅਤੇ ਗਰਮੀ ਇਤਨੀ ਹੈ ਗਾਈਜ਼, ਮੈਂ ਹੁਣ ਥਾਣਾ ਇਸ ਟਾਈਮ ਥਾਣੇ ਖਲੋਤਾ ਪਈ ਆ, ਸ਼ਹਿਰ ਸ਼੍ਰੀ ਵਾਲੇ ਥਾਣੇ ਦੇ ਵਿੱਚ ਅਵਿੰਦ ਬੈਨਾ ਸਿਟੀ ਥਾਣਾ ਜਾਂ ਪਤਾ ਨਹੀਂ ਕਿਹੜਾ ਥਾਣਾ ਹੈ ਵੀ ਆ। ਖੂਬਸੂਰਤੀ ਹੈ ਭਾਈ, ਅਤੇ ਆ ਨਾਲ ਮਸੀਤ ਹੈ ਭਾਈ, ਠੀਕ ਹੋ ਗਿਆ। ਅਤੇ ਇਸ ਵਜ੍ਹਾ ਤੋਂ ਗਾਈਜ਼ ਆਏ ਹਾਂ ਪਏ, ਅਤੇ ਕਿਉਂਕਿ ਲੜਾਈ ਮਿਟ ਜਾਵੇ ਹੁਣ ਆਏ ਥਾਣੇ, ਰੋਲਾ ਮਿਟ ਜਾਵੇ ਨਾ, ਫਿਰ ਤੁਹਾਨੂੰ ਦੱਸਣਾ ਡਿਸਕਸ ਕੀ ਕਰਨਾ ਚਾਹੀਦਾ। ਗਾਈਜ਼ ਮੇਰਾ ਮੋਟਰਸਾਈਕਲ ਇੱਥੇ ਖਲੋਤਾ ਵੀ ਹੈ, ਅਤੇ ਉਹ ਲੈ ਗਿਆ ਹੈ ਥਾਣੇਦਾਰ। ਥਾਣੇਦਾਰ ਇਵੇਂ ਲੈ ਗਿਆ ਕਿਉਂਕਿ ਉਹ ਆਉਂਦਾ ਪਿਆ ਮੈਂ ਸ਼ਹਿਰ ਵਿੱਚ ਹੋ ਹੀ ਆਵਾਂ। ਅਸਾਂ ਪਹੁੰਚੇ ਹਾਂ ਥਾਣੇ ਦੇ ਵਿੱਚ, ਕਿਉਂਕਿ ਲੜਾਈ ਬੁਲਾਰਾ ਤੁਹਾਨੂੰ ਪਤਾ ਇਸ ਚੀਜ਼ ਦਾ ਬਈ ਬੜਾ ਫਖਤ ਹੁੰਦਾ ਹੈ ਪਈਆ। ਅਤੇ ਗਰਮੀ ਵੀ ਸ਼ਦੀਦ ਹੈ ਬਈ, ਕਿਉਂਕਿ ਮੈਂ ਕਬਰਾਂ ਤੋਂ ਪਾਣੀ ਪਾਇਆ ਨਾ, ਪਾ ਕੇ ਮੈਂ ਆਪਦੇ ਪਿਤਰੇਰ ਜਲਾਲ ਨੂੰ ਫੋਨ ਕੀਤਾ ਹੈ ਪਈਆ। ਉਹਦਾ ਕਿ ਇੱਕ ਵਾਰੀ ਘਰੇ ਆ ਇੱਥੇ ਸ਼ਹਿਰ ਫਰੀ, ਅਤੇ ਲੜਾਈ ਆਪਾਂ ਮਿਟਾਈਏ। ਲੜਾਈ ਜਿਹੜੀ ਹੈ ਨਾ ਉਹ ਯਾਨੀ ਕਿ ਮੋਹੀਨ ਹੈ ਪਈਆ, ਮੇਰਾ ਪਿਤਰੇਰ ਹੈ ਪਈਆ, ਅਤੇ ਉਹਨੂੰ ਨਾ ਕੁੱਤਾ ਹੈ ਮੀਆਂ ਮੀਆਂ ਕੁੱਤਾ ਹੈ ਪਈਆ, ਤਾਂ ਕਿ ਉਹ ਆਪਾਂ ਲੜਾਈ ਚੱਲ ਕੇ ਮਿਟਵਾਵੀਏ। ਫਿਰ ਮੈਂ ਗਈਆਂ ਘਰੇ, ਕਿਉਂਕਿ ਮੇਰੇ ਨਾਲ ਫੈਮਿਲੀ ਗਈ ਸਾਡੀ, ਅਤੇ ਘਰੇ ਗਏ ਹਾਂ। ਗੱਲ ਇਹ ਪਈ ਗਈ, ਹੁਣ ਅਸੀਂ ਆਏ ਹਾਂ ਪਿਆ ਆਹ ਸਿਟੀ ਹੈ, ਆਹ ਥਾਣਾ ਹੈ ਵੀ ਆ, ਮਾਸ਼ਾਅੱਲਾ ਥਾਣਾ ਖੂਬਸੂਰਤ ਹੈ ਵੀ ਆ। ਆਹ ਤੁਸੀਂ ਪੜ੍ਹ ਸਕਦੇ ਨੇ ਵੀ ਕਿਹੜੀ ਚੀਜ਼ ਲਿਖੀ ਹੋਈ ਹੈ, ਕਿਹੜੇ ਸਦਾ ਰਹੇ ਪਈ ਹੈ, ਮੈਨੂੰ ਤਾਂ ਇਤਨਾ ਪਤਾ ਕੋਈ ਨਹੀਂ ਹੈ ਵਿੰਦ ਪੈਣ ਨਾ। ਅਤੇ ਮੋਟਰਸਾਈਕਲ ਮੇਰਾ ਉਹਨੇ ਲੈਣ ਲੈ ਤਾਂ ਗਏ ਹੁਣ ਬੋਤਲ, ਅਤੇ ਵੇਖਣੇ ਹਾਂ ਥਾਣੇ 'ਚ ਵਰੋਂ ਲੈ ਗਏ ਨੇ ਯਾਨੀ ਕਿ ਸੱਟਾਂ ਸੁੱਟਾਂ ਵਾਹਵਾ ਮਾਰੀਆਂ ਇਹਨੇ ਪਈਆਂ, ਸਿਰ ਪਾੜ ਛੱਡਾ ਇਹਨੇ ਪਈ ਆ ਸਿਰ ਵੀ, ਅਤੇ ਉਸ ਤੋਂ ਬਾਅਦ ਕਮੀਜ਼ ਕਮੂਜ਼ ਹੀ ਪਾੜ ਛੱਡੀ ਇਹਨੇ, ਚਾਰ ਪੰਜ ਜਣੇ ਰਲ ਗਏ ਇਹਨਾਂ। ਅਤੇ ਇਸ ਵਜ੍ਹਾ ਤੋਂ ਉਹ ਹੁਣ ਨਸੀਂ ਆਏ ਹੈ, ਮੇਰੇ ਚਾਚੂ ਰੀ ਗਏ ਬੈਠੇ, ਮੇਰੇ ਅੱਬੂ ਗਿਆ ਬੈਠਾ ਹੈ ਪਈਆ, ਮੇਰਾ ਚਾਚਾ, ਮੇਰਾ ਪਿਓ, ਅਤੇ ਉਸ ਤੋਂ ਬਾਅਦ ਜਲਾਲ ਮੇਰਾ ਪਿਤਰੇਰ, ਜਿਹੜਾ ਮੇਰੇ ਪਿਤਰੇਰ ਨੂੰ ਕੁੱਟਾ ਇਹਨੇ ਉਹ ਹੀ, ਅਤੇ ਯਾਨੀ ਕਿ ਹੁਣ ਇੱਥੇ ਗਏ ਬੈਠੇ ਨੇ ਪੈ। ਅਤੇ ਜਿਹੜੀ ਗੱਲਬਾਤ ਹੋਈ ਉਹ ਤੁਹਾਨੂੰ ਡਿਟੇਲ ਪੂਰੀ ਦੱਸਾਂਗੇ ਬਈ ਕੀ ਮਾਮਲਾ ਹੋਇਆ ਕੀ ਨਹੀਂ ਹੋਇਆ। ਉਸ ਤੋਂ ਬਾਅਦ ਤੁਹਾਨੂੰ ਠੀਕ ਹੈ, ਅਤੇ ਹੁਣ ਚੱਲਣੇ ਆ ਪਏ, ਮੇਰਾ ਮੋਟਰਸਾਈਕਲ ਲੈ ਤਾਂ ਗਏ, ਹੁਣ ਮੈਨੂੰ ਤਾਂ ਆਪ ਨੂੰ ਲੱਗੀ ਕਰੀ ਗਈ ਕੋਚ ਹੋਇਆ ਖਲੋਤਾ। ਗੱਲ ਹੁਣ ਪਤਾ ਨਹੀਂ ਕਿਹਦੇ ਲੈ ਗਏ ਕਿਹਦੇ ਨਾ ਲੈ ਗਏ, ਕਿਉਂਕਿ ਕੱਬਣਾ 'ਤੇ ਜਾਉਣਾ ਸਾਡੀ ਜਿਹੜੀ ਹੈ ਨਾ ਧਾਮੀ ਉਹ ਸਮਝੋ ਖਰਾਬ ਹੋ ਗਈ। ਅਤੇ ਚੱਲਣੇ ਹਾਂ ਹੁਣ ਮਜ਼ੀਦ ਪਤਾ ਸੋਲ ਕਰਨੇ ਕੀ ਸਾਡੀ ਠੀਕ ਹੈ, ਅਤੇ ਮੈਂ ਹਵਾ ਹੁਵਾ ਲੈ ਲਵਾਂ ਤਾਂ ਵੀ ਗੱਲ ਕਰ ਲਵਾਂ। ਵੈਲਕਮ ਬੈਕ ਗਾਈਜ਼, ਅਸੀਂ ਆ ਗਏ ਹਾਂ ਹਸਪਤਾਲ 'ਚ, ਕਿਉਂਕਿ ਥਾਣੇ 'ਚ ਨਿਕਲ ਆਏ ਹਾਂ। ਥਾਣੇ ਜਿਹੜਾ ਸਾਡਾ ਕੰਮ ਆਉਣਾ ਹੋ ਗਈ ਹੈ, ਕਿਉਂਕਿ ਪਰਚਾ ਵੀ ਹੋ ਗਿਆ ਪੀ ਆ, ਅਤੇ ਉਹਨਾਂ ਨੇ ਸ਼ੂਅਰ ਨੂੰ ਬੜਾ ਮਾਰਿਆ ਪੀ ਆ, ਅਤੇ ਉਹ ਜਿਹੜੀ ਨਾ ਇੱਥੇ ਜਿਹੜੇ ਖੂਨ ਵਗੈਰਾ ਮੈਂ ਉਹਦੀ ਵੀਡੀਓ ਨਹੀਂ ਬਣਾਈ, ਕਿਉਂਕਿ ਸਾਨੂੰ ਆਦੀ ਪਈ ਹੋਈ ਆ, ਵੀਡੀਓ ਕਿਵੇਂ ਬਣਾਵਾਂ, ਕਿਉਂਕਿ ਇਸ ਵਜ੍ਹਾ ਤੋਂ ਨਾ ਹੁਣ ਹਸਪਤਾਲ 'ਚ ਆਏ ਹਾਂ ਪਏ, ਉਹਦੀ ਪੱਟੀ ਛੱਟੀ ਕਰਵਾਉਂਦੇ ਪਏ ਹਾਂ ਪਏ, ਜਿਹੜੀ ਸੂਰਤ ਹਾਲ ਹੋਈ ਉਹ ਫਿਰ ਕੇ ਤੁਹਾਨੂੰ ਦੱਸਣੇ ਆ। ਵਿੰਦ ਪੈਣਾ ਆਹ ਹਸਪਤਾਲ ਹੈ ਪੀ ਆ ਸ਼ਹਿਰ ਫਰੀਦ ਦਾ, ਇਹ ਸ਼ਹਿਰ ਫਰੀਦ ਆ ਵਿੰਦ ਪੈਣਾ ਨਾ, ਅਤੇ ਚੱਲ ਕੇ ਤੁਹਾਨੂੰ ਹੁਣ ਵਿਖਾਉਂਦੇ ਹਾਂ। ਅਤੇ ਮਜ਼ੀਦ ਆ ਬਾਹਰ ਦੇ ਸੀਨ ਚੈੱਕ ਕਰ ਲਓ ਆ ਵਿੰਦ ਪੈਣਾ ਨਾ।
ਖੂਬਸੂਰਤੀ ਹੈ ਬਾਈ, ਅਤੇ ਇਸ ਕੈਮਰਾ ਬੰਦ ਕਰਦੇ ਪਏ ਹਾਂ ਤਾਂ ਥੋੜ੍ਹੀ ਜਿਹੀ ਤੁਹਾਨੂੰ ਦੱਸਿਆ ਬਈ ਅਸੀਂ ਆ ਗਏ ਹਾਂ ਹਸਪਤਾਲ ਦੇ ਵਿੱਚ, ਹਸਪਤਾਲ ਵਿੱਚ ਪੱਟੀ ਕਰਾ ਲਈਏ ਅਤੇ ਕੈਮਰਾ ਬੰਦ ਕਰਨੇ ਆ, ਕਿਉਂਕਿ ਹਰ ਕਿਸੇ ਦੀ ਹੁੰਦੀ ਹੈ ਪ੍ਰਾਈਵੇਸੀ, ਮੈਡਮਾਂ ਆਉਂਦੀਆਂ ਬੰਦੇ ਆਉਂਦੇ ਆ, ਇਸ ਵਜ੍ਹਾ ਤੋਂ ਓਕੇ ਇੱਕ ਵਾਰੀ ਕੈਮਰਾ ਬੰਦ। ਬਾਏ, ਵੈਲਕਮ ਬੈਕ ਗਾਈਜ਼। ਗੱਲ ਇਹ ਤੁਹਾਨੂੰ ਹੁਣ ਦੱਸੀਏ ਬਈ, ਸ਼ੁਰ ਨੂੰ ਪੱਟੀ ਛੱਟੀ ਹੋ ਗਈ, ਟਾਂਗ ਕੇ ਲੱਗ ਗਏ, ਹੁਣ ਅਸੀਂ ਜਾਂਦੇ ਪਏ ਘਰੇ, ਘਰ ਜਾ ਕੇ ਤੁਹਾਨੂੰ ਦੱਸਾਂ ਵੀ ਕੀ ਸੂਰਤ ਹਾਲ ਹੈ ਸ਼ੁਰ ਦੀ, ਠੀਕ ਹੋ ਗਈ ਆ, ਅਤੇ ਲੇਕਿਨ ਉਹ ਸ਼ੁਰ ਦੀ ਆਪਾਂ ਤਸਵੀਰ ਸਿੱਖ ਅਤੇ ਸ਼ਾਇਦ ਲਾ ਦਿੱਤਾ, ਅਤੇ ਲੇਕਿਨ ਲਾਮ ਨਹੀਂ ਤਾਂ ਨਹੀਂ ਮਸਲਾ ਤੁਹਾਨੂੰ ਪਤਾ, ਫਿਰ ਦਾਵੀਆਂ ਵਾਲੇ ਤਾਂ ਬਣ ਗਿਆ, ਠੀਕ ਹੋ ਗਈ ਹੈ, ਕਿਉਂਕਿ ਇਸ ਵਲੌਗ ਦਾ ਆਪਾਂ ਇੱਥੇ ਯੂੰ ਐਂਡ ਕਰਨਾ ਹੈ ਨਾ, ਇਸ ਵਜ੍ਹਾ ਤੋਂ ਆਹ ਵੇਖੋ ਖੂਬਸੂਰਤੀ ਜਗ੍ਹਾ, ਠੀਕ ਹੈ, ਗਰਮੀ ਵਾ ਵਾ, ਹਵਾ ਹੋਵੋ ਠੀਕ ਹੈ ਇੱਥੇ ਜ਼ਬਰਦਸਤ ਹੈ। ਆਹ ਹਸਪਤਾਲ ਹੈ, ਹਸਪਤਾਲ ਹੀ ਚੈੱਕ ਕਰ ਸਕਦੇ ਨੇ ਤੁਸੀਂ, ਪੜ੍ਹ ਸਕਦੇ ਨੇ, ਇਹਨਾਂ ਪੜ੍ਹਿਆ ਮੈਂ ਕੋਈ ਨਹੀਂ ਆ ਵੀ ਆ, ਆਹ ਮੇਰਾ ਮੋਟਰਸਾਈਕਲ ਇੱਧਰ ਖਲੋਤਾ ਵੀ ਆ, ਠੀਕ ਹੈ, ਹਸਪਤਾਲ ਹੀ ਆ ਹੈ ਭਾਈ, ਇਹ ਇਹਨੂੰ ਆਉਂਦੇ ਨੇ ਸ਼ਹਿਰ ਫਰੀਦ ਹਸਪਤਾਲ,